ਡਾਕਟਰ ਅਵਤਾਰ ਬਾਸੀ ਆ ਜੀ, ਡਾਕਟਰ ਗੁਰਪ੍ਰੀਤ ਫੁੱਲੇ ਵਾਲੀ ਆ ਜੀ। ਜੀ ਅਸੀਂ ਤਿੰਨੋਂ ਨੇ ਮੰਨ ਲਓ ਬੈਠ ਕੇ ਸਲਾਹ ਕੀਤੀ ਆ ਜੀ ਵੀ ਮੰਨ ਲਓ ਉਹਨਾਂ ਨੇ ਡਾਕਟਰ ਸਾਹਿਬ ਨੇ ਟ੍ਰੇਨਿੰਗ ਉਹਨਾਂ ਨੇ ਦੇਣੀ ਆ ਜੀ, ਅਰੇਂਜਮੈਂਟ ਸਾਰਾ ਮੇਰਾ ਹੋਊਗਾ। ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਤੇ ਫੇਸਬੁੱਕ ਪੇਜ ਦੇ ਉੱਤੇ। ਪੰਜਾਬ ਦੇ ਵਿੱਚ ਬਹੁਤ ਸਾਰੇ ਕਿੱਤੇ ਅੱਜ ਹੋ ਰਹੇ ਨੇਗੇ ਖੇਤੀਬਾੜੀ ਦੇ ਨਾਲ ਨਾਲ, ਜਿਵੇਂ ਕਿ ਪਸ਼ੂ ਪਾਲਣ ਹੋ ਗਿਆ, ਨਾਲ ਹੀ ਬੱਕਰੀਆਂ ਦਾ ਕਿੱਤਾ ਜਾਂ ਪੋਲਟਰੀ ਫਾਰਮ ਦਾ ਕਿੱਤਾ, ਇਸ ਤਰ੍ਹਾਂ ਦੇ ਕਿੱਤੇ ਬਹੁਤ ਸਾਰੇ ਨੌਜਵਾਨ ਭਰਾ ਭੈਣਾਂ ਕਰਨਾ ਚਾਹੁੰਦੇ ਵੀ ਨੇ ਅਤੇ ਕਰ ਵੀ ਰਹੇ ਨੇ, ਅਤੇ ਸਰਕਾਰ ਵੀ ਬਹੁਤ ਹੱਦ ਤੱਕ ਇਹਨਾਂ ਵੀਰਾਂ ਭੈਣਾਂ ਦੀ ਹੈਲਪ ਆ ਜਿਹੜੀ ਉਹ ਕਰਦੀ ਹੈ ਨਾ। ਅੱਜ ਆਪਾਂ ਸਹੋਲੀ ਬੱਕਰੀਆਂ ਦੀ ਮੰਡੀ ਦੇ ਉੱਪਰ ਬੈਠਾਂਗੇ, ਆਪਣੇ ਨਾਲ ਸਰਪੰਚ ਸਾਹਿਬ ਮੌਜੂਦ ਨੇਗੇ ਇਸ ਸਮੇਂ, ਜੇ ਕਿ ਬੱਕਰੀਆਂ ਦੀ ਮੰਡੀ ਲਾਉਂਦੇ ਨੇ ਬਾਈ ਅਵਤਾਰ ਸਿੰਘ ਜੀ, ਇਹ ਬੱਕਰੀਆਂ ਦੀ ਮੰਡੀ ਲਾਉਂਦੇ ਨੇ। ਬੱਕਰੀਆਂ ਦੀ ਟ੍ਰੇਨਿੰਗ ਜੇ ਉਹ ਕਿ ਤੁਸੀਂ ਲੈ ਸਕਦੇ ਹੋਗੇ, ਆਪਣੀ ਖੇਤੀਬਾੜੀ ਦੇ ਨਾਲ ਇਹ ਧੰਦਾ ਸ਼ੁਰੂ ਕਰ ਸਕਦੇ ਹੋਗੇ। ਸਰਪੰਚ ਸਾਹਿਬ ਦਾ ਆਪਾਂ ਐਕਸਪੀਰੀਅੰਸ ਵੀ ਜਾਣ ਦਿਆਂਗੇ ਅਤੇ ਬੱਕਰੀਆਂ ਦੀ ਟ੍ਰੇਨਿੰਗ ਦੇ ਰਹੇ ਨੇਗੇ ਇਹ, ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਬਾਰੇ ਜਾਣਦੇ ਆਪਾਂ ਇਹਨਾਂ ਤੋਂ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਸਰਪੰਚ ਸਾਹਿਬ ਪਹਿਲਾਂ ਇਹ ਦੱਸੋ ਜੀ, ਬੱਕਰੀਆਂ ਦਾ ਤੁਹਾਡਾ ਲਗਭਗ ਕਿੰਨੇ ਸਾਲ ਦਾ ਕਿੱਤਾ ਹੈ, ਕਿੰਨਾ ਸਾਲ ਪੁਰਾਣਾ ਤੁਹਾਡਾ ਆਪਣਾ? ਮੈਨੂੰ ਤਾਂ 20 ਸਾਲ ਹੋ ਗਏ ਜੀ। 20 ਸਾਲ? ਹਾਂ ਜੀ। 20 ਸਾਲਾਂ ਦੇ ਵਿੱਚ ਕਿੰਨੇ ਬੱਕਰੇ ਬੱਕਰੀਆਂ ਰੱਖੇ ਨੇਗੇ? ਮੈਂ ਤਾਂ ਬਹੁਤ ਜ਼ਿਆਦਾ ਐਂ ਲਾ ਲਓ ਜੀ, ਬੱਕਰੀਆਂ ਮੈਂ ਹਰੇਕ ਸਾਲ ਐਂ ਲਾ ਲਓ ਵੀ 10 ਤੋਂ 15 ਲੱਖ ਦੀਆਂ ਵੇਚਦਾ ਜੀ। ਮੈਂ ਆਪਦੀਆਂ ਪੱਠਾਂ ਤਿਆਰ ਕਰਦਾ ਜੀ ਘਰੇ, ਮੇਰੇ ਕੋਲ ਆਪਦੇ ਕੋਲ 60-70 ਪਸ਼ੂ ਨੇ ਜੀ। ਠੀਕ ਹੈ। ਹਾਂ ਜੀ। ਤੇ ਇਸ ਕੰਮ ਦੇ ਵਿੱਚ ਮੁਨਾਫਾ ਕਿੰਨਾ? ਬਹੁਤ ਜ਼ਿਆਦਾ ਆ ਜੀ, ਬਹੁਤ ਜ਼ਿਆਦਾ। ਖੇਤੀ ਦੇ ਨਾਲ ਤੁਸੀਂ ਕਰ ਲੈਂਦੇ ਹੋ ਜਾਂ ਨਹੀਂ? ਹਾਂ ਜੀ, ਖੇਤੀ ਆ ਮੇਰੇ ਕੋਲ, 10 ਏਕੜ ਜ਼ਮੀਨ ਆ, ਖੇਤੀ ਕਰਦਾ ਜੀ। ਟ੍ਰੇਨਿੰਗ ਕਿਉਂ ਦੇਣਾ ਚਾਹੁੰਦੇ ਹੋ ਪਹਿਲੀ ਗੱਲ? ਟ੍ਰੇਨਿੰਗ ਤਾਂ ਆ ਜੀ ਵੀ ਜਿਹੜੇ ਪਾਲੀ ਨੇ ਜੀ, ਉਹਨਾਂ ਨੂੰ ਮੰਨ ਲਓ ਨੌਲੇਜ ਹੈ ਨਹੀਂ, ਮੰਨ ਲਓ ਦਵਾਈਆਂ ਬੂਟੀਆਂ ਦੀ ਨੌਲੇਜ ਨਹੀਂ ਜੀ, ਉਹਦੇ ਕਰਕੇ ਟ੍ਰੇਨਿੰਗ ਰੱਖੀ ਆ ਜੀ। ਮੰਨ ਲਓ ਇਹ ਕੰਮ ਨੂੰ, ਜਿਵੇਂ ਹੁਣ ਸਾਡੇ ਫਾਰਮ ਨੇ ਜੀ, ਜੇ ਹੁਣ ਮੰਨ ਲਓ ਟ੍ਰੇਨਿੰਗ ਆਊ ਕੋਈ ਬੰਦਾ, ਟ੍ਰੇਨਿੰਗ ਆ ਚਾਹੂ ਬੱਕਰੀ ਪਾਲਕ ਵੀਰ, ਉਹਨਾਂ ਨੂੰ ਨੌਲੇਜ ਆਊਗੀ। ਮੰਨ ਲਓ ਜਿਵੇਂ ਹੁਣ ਅਸੀਂ ਬਾਹਰੋਂ ਡਾਕਟਰ ਬੁਲਾਉਂਦੇ ਹਾਂ, ਮੰਨ ਲਓ ਉਹ ਖੁਦ ਬੰਦੇ ਡਾਕਟਰ ਹੋਣਗੇ ਜੀ। ਠੀਕ ਹੈ। ਹਾਂ, ਜਿਵੇਂ ਹੁਣ ਕਿਸੇ ਤੋਂ ਡਾਕਟਰ ਨੂੰ ਬੁਲਾਉਂਦੇ ਹੋ, ਫੀਸ ਲੈਂਦਾ ਜੀ ਡਾਕਟਰ, ਘੱਟੋ ਘੱਟ 400-500 ਤਾਂ ਫੀਸ ਲੈਂਦੇ ਹੀ ਆ ਜੀ ਇੱਕ ਵਾਰੀ ਆਉਂਦਾ। ਉਹਨੂੰ ਫਾਰਮ ਵਾਲੇ ਬੰਦੇ ਨੂੰ ਫੀਸ ਦੀ ਜ਼ਰੂਰਤ ਨਹੀਂ ਨਾ ਪੈਣੀ, ਕਿਉਂ ਉਹ ਆਪ ਟੀਕਾਕਰਨ ਕਰ ਸਕਦਾ। ਜੇ ਟ੍ਰੇਨਿੰਗ ਲੈਣਗੇ ਜੀ, ਉਹਨਾਂ ਦੀ ਨੌਲੇਜ ਵਧੂਗੀ। ਮੰਨ ਲਓ ਉਹਨਾਂ ਨੂੰ ਡਾਇਟ ਪਲਾਨ ਦਾ ਪਤਾ ਲੱਗੂਗਾ, ਫੀਡ ਵੀ ਬੱਕਰੀ ਨੂੰ ਕਿਹੜੇ ਟਾਈਮ ਕੀ ਦੇਣਾ, ਨੀਰਾ ਕੀ ਦੇਣਾ। ਮੰਨ ਲਓ ਦਵਾਈਆਂ ਬੂਟੀਆਂ ਬਾਰੇ, ਜਿਵੇਂ ਹੁਣ ਮੰਨ ਲਓ ਦਵਾਈ PPR FMDT ਇਹਦੇ ਬਾਰੇ ਨਹੀਂ ਪਾਲੀਆਂ ਨੂੰ ਪਤਾ। ਠੀਕ ਹੈ ਜੀ। ਉਹਦੇ ਬਾਰੇ ਵੀ ਉਹਨੂੰ ਨੌਲੇਜ ਹੋਊ। ਟ੍ਰੇਨਿੰਗ ਹੁਣ ਦੇਣ ਜਾ ਰਹੇ ਹੋ ਬੱਕਰੀਆਂ ਦੀ? ਹਾਂਜੀ ਹਾਂਜੀ। ਤੇ ਇਹ ਟ੍ਰੇਨਿੰਗ ਕਿੱਥੇ ਰਹੂਗੀ? ਇਹ ਟ੍ਰੇਨਿੰਗ ਐਂ ਲਾ ਲਓ ਵੀ ਉਹਦੇ 90 ਦੇ ਏਰੀਏ 'ਚ ਹੀ ਰੱਖਾਂਗੇ ਜੀ, ਅਸੀਂ ਕੋਈ ਪੈਲਸ ਬੁੱਕ ਕਰਾਂਗੇ ਜੀ। ਇਹ ਤੁਹਾਡੇ ਵੱਲੋਂ ਆ ਜਾਂ ਕਿਸੇ ਹੋਰ ਵੱਲੋਂ? ਇਹ ਡਾਕਟਰ ਅਵਤਾਰ ਬਾਸੀ ਆ ਜੀ, ਡਾਕਟਰ ਗੁਰਪ੍ਰੀਤ ਫੁੱਲੇ ਵਾਲੀ ਆ ਜੀ। ਜੀ ਅਸੀਂ ਤਿੰਨੋਂ ਨੇ ਮੰਨ ਲਓ ਬੈਠ ਕੇ ਸਲਾਹ ਕੀਤੀ ਆ ਜੀ ਵੀ ਮੰਨ ਲਓ ਉਹਨਾਂ ਨੇ ਡਾਕਟਰ ਸਾਹਿਬ ਨੇ ਟ੍ਰੇਨਿੰਗ ਉਹਨਾਂ ਨੇ ਦੇਣੀ ਆ ਜੀ, ਅਰੇਂਜਮੈਂਟ ਸਾਰਾ ਮੇਰਾ ਹੋਊਗਾ। ਠੀਕ ਹੈ ਜੀ। ਹਾਂ ਜੀ। ਤੇ ਫੀਸ ਵਗੈਰਾ ਕਿਆ? ਫੀਸ ਆ ਜੀ 5000 ਰੁਪਇਆ। ਠੀਕ ਹੈ। ਕੀ ਹੋਰ ਇਹਦੇ ਨਾਲ ਵਿੱਚ ਰਹੂਗਾ ਟ੍ਰੇਨਿੰਗ ਦੇ, ਦਵਾਈਆਂ ਤੋਂ ਲੈ ਕੇ ਇਹ ਚੀਜ਼ਾਂ? ਇਹਦੇ 'ਚ ਆਇਆ ਜੀ, ਜਿਹੜਾ ਬੰਦਾ ਮੰਨ ਲਓ ਇੱਕ ਸੀਟ ਬੁੱਕ ਕਰਾਉਣੀ ਪਊਗੀ ਜੀ, ਆਧਾਰ ਕਾਰਡ ਭੇਜ ਕੇ, 2000 ਸਾਨੂੰ ਗੂਗਲ ਪੇ ਕਰਨਾ ਪੈਣਾ ਉਹਨਾਂ ਨੂੰ, 3000 ਜਦੋਂ ਮੰਨ ਲਓ ਟ੍ਰੇਨਿੰਗ ਕਰਨ ਆਉਣਗੇ, 2 ਦਿਨ ਦੀ ਟ੍ਰੇਨਿੰਗ ਰੱਖਾਂਗੇ ਜੀ। ਠੀਕ ਹੈ। ਸਰਪੰਚ ਸਾਹਿਬ, ਹਾਂਜੀ, ਜਿਸ ਤਰ੍ਹਾਂ ਕਿ ਹੈ ਨਾ ਬੱਕਰੀ ਟ੍ਰੇਨਿੰਗ ਦੇ ਵਿੱਚ ਅੱਜ ਕੱਲ੍ਹ ਬਹੁਤ ਸਾਰੀ ਨੌਲੇਜ ਹੁੰਦੀ ਹੈਗੀ, ਕਈ ਬੰਦੇ ਫਾਈਨੈਂਸ਼ਲੀ ਤੌਰ 'ਤੇ ਵੀਕ ਹੁੰਦੇ ਨੇ, ਘੱਟ ਹੁੰਦੀ ਹੈ ਨਾ, ਸਰਕਾਰ ਮਦਦ ਕਰਦੀ ਹੈਗੀ ਜਾਂ ਨਹੀਂ ਕਰਦੀ ਹੈ ਨਾ, ਹਾਂਜੀ, ਉਹਦੇ ਵਿੱਚ ਟ੍ਰੇਨਿੰਗ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਹੁੰਦਾ? ਜਿਹੜਾ ਸਰਟੀਫਿਕੇਟ ਆ ਜੀ ਸਾਡਾ ਦਿੱਲੀ ਸੈਂਟਰ ਤੋਂ, ਸੈਂਟਰ ਗੌਰਮੈਂਟ ਤੋਂ ਅਪਰੂਵਲ ਆ ਜੀ। ਠੀਕ ਹੈ। ਹਾਂ ਜੀ, ਇਹ ਆਏ ਹਾਂ ਅਸੀਂ ਉਹਦੀ ਬੰਦੇ ਦੀ ਮਦਦ ਕਰਾਂਗੇ ਜੀ ਹਰ ਪੱਖ ਤੋਂ।
ਠੀਕ ਹੈ। ਜਿਹੜਾ ਬੰਦਾ ਮੰਨ ਲਓ ਡਾਕਟਰ ਅਵਤਾਰ ਵਾਸੀ ਆ ਜੀ, ਡਾਕਟਰ ਫੁੱਲੇ ਵਾਲੀ ਆ, ਉਹਨਾਂ ਨੂੰ ਐਂ ਲਾ ਲਓ ਵੀ ਪੂਰੀ ਉਹ ਨੌਲੇਜ ਆ ਜੀ। ਬਾਕੀ ਉਹ ਸਾਡੀ ਜਦੋਂ ਟ੍ਰੇਨਿੰਗ ਲੱਗੂਗਾ ਸਾਰਾ ਉਹਦੇ ਬਾਰੇ, ਲੋਨ ਬਾਰੇ ਸਾਰਾ ਕੁਛ ਸਮਝਾਉਣਗੇ ਜੀ। ਠੀਕ ਹੈ ਜੀ। ਹਾਂ ਜੀ, ਉਹਨਾਂ ਕਿਉਂ ਉਹਨਾਂ ਨੂੰ ਜ਼ਿਆਦਾ ਮੇਰੇ ਨਾਲ ਨੌਲੇਜ ਆ ਜੀ, ਕਿਉਂ ਉਹਨਾਂ ਨੇ ਲੋਨ ਪ੍ਰੋਵਾਈਡ ਵੀ ਕਰਾਏ ਨੇ ਜੀ ਬੰਦਿਆਂ ਨੂੰ। ਅਤੇ ਤੁਹਾਡੇ ਗੂਗਲ ਪੇ ਨੰਬਰ ਕੀ ਨੇ ਉਹ ਬੋਲ ਦਿਓ। ਨੰਬਰ ਆ ਜੀ ਗੂਗਲ ਪੇ 9848 ਜੀ 0740 09, 9848 ਜੀ 0740 09। ਮੇਰਾ ਨੰਬਰ ਆ ਜੀ ਜਿਹੜਾ 9981484400। ਲੈ ਕੌਣ ਕੌਣ ਸਕਦਾ ਵੈਸੇ, ਜੇ ਆਪਾਂ ਗੱਲਬਾਤ ਕਰੀਏ? ਕੋਈ ਵੀ ਬੰਦਾ, ਭੈਣਾਂ ਵੀ ਲੈ ਸਕਦੀਆਂ ਨੇ ਜੀ, ਬਜ਼ੁਰਗ ਵੀ ਲੈ ਸਕਦੇ ਨੇ, ਜਿਹੜਾ ਬੰਦੇ ਨੇ ਬੱਕਰੀ ਪਾਲਣ 'ਚ ਇੰਟਰਸਟਡ ਆ ਉਹਨਾਂ ਵਾਸਤੇ ਜ਼ਰੂਰੀ ਆ ਜੀ ਬੱਕਰੀ ਐਂਟਰ। ਹਾਂਜੀ ਠੀਕ ਹੈ ਜੀ। ਲਓ ਜੀ ਦੋਸਤੋ, ਗੱਲਬਾਤ ਆਪਾਂ ਕਰ ਹੀ ਲਈ ਆ ਸਰਪੰਚ ਸਾਹਿਬ ਦੇ ਨਾਲ ਬੱਕਰੀਆਂ ਦੀ ਟ੍ਰੇਨਿੰਗ ਬਾਰੇ। ਜੇ ਤੁਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਨੰਬਰ ਦੇ ਰਿਹਾ, ਇਹਨਾਂ 'ਤੇ ਹੀ ਤੁਸੀਂ ਗੱਲਬਾਤ ਕਰ ਲੈਣੀ ਆ ਅਤੇ ਟ੍ਰੇਨਿੰਗ ਲਓ, ਆਪਣਾ ਕਿੱਤਾ ਸ਼ੁਰੂ ਕਰੋ। ਧੰਨਵਾਦ ਜੀ। ਧੰਨਵਾਦ।